ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਨੇ ਚੀਨ ਅਤੇ ਕੈਨੇਡਾ ਵਿਚਕਾਰ ਤਣਾਅ ਵਾਲੇ ਸਬੰਧਾਂ ਨੂੰ ਦੇਖਦੇ ਹੋਏ ਚੀਨ ਵਿੱਚ ਆਪਣੇ ਦੇਸ਼ ਦੇ ਐਂਬੈਸਡਰ ਦਾ ਅਸਤੀਫਾ ਲੈ ਲਿਆ ਹੈ। ਟਰੂਡੋ ਨੇ ਸ਼ਨੀਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਬੀਤੀ ਰਾਤ ਮੈਂ ਚੀਨ 'ਚ ਕੈਨੇਡਾ ਦੇ ਰਾਜਦੂਤ ਜਨ ਮਾਈਕਲਮ ਨੂੰ ਅਸਤੀਫਾ ਦੇਣ ਲਈ ਕਿਹਾ ਸੀ, ਜਿਸ ਦੇ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਅਤੇ ਮੈਂ ਇਸ ਨੂੰ ਸਵੀਕਾਰ ਕਰ ਲਿਆ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰੇਟ ਟੋਰਾਂਟੋ ਖੇਤਰ ਵਿੱਚ ਸਥਿਤ ਡ੍ਰੀਮ ਰੈਸਟੋਰੈਂਟ ਐਂਡ ਬੈਂਕਿੰਗ ਹਾਲ 'ਚ ਸ਼ਨੀਵਾਰ ਸਵੇਰੇ ਗੋਲੀਬਾਰੀ ਹੋਈ ਹੈ। ਅਮੈਰੀਕਾ ਵਿੱਚ ਸਾਲ 2020 ਦੀ ਰਾਸ਼ਟਰਪਤੀ ਚੋਣ ਲਈ ਆਪਣੀ ਦਾਅਵੇਦਾਰੀ ਦਰਜ ਕਰਵਾਉਣ ਵਾਲੀ ਡੈਮੋਕ੍ਰੈਟਿਕ ਪਾਰਟੀ ਦੀ ਤੁਲਸੀ ਗੈਬਾਰਡ ਨੇ ਧਾਰਮਿਕ ਕੱਟੜਤਾ ਦੇ ਸ਼ਿਕਾਰ ਹੋਣ ਦਾ ਦੋਸ਼ ਲਗਾਇਆ ਹੈ। ਗੈਬਾਰਡ ਮੁਤਾਬਕ ਮੀਡੀਆ ਦਾ ਇੱਕ ਵਰਗ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਹਿੰਦੂ ਨਾਮ ਵਾਲੇ ਉਹਨਾਂ ਦੇ ਸਮਰਥਕਾਂ ਦੇ ਹਿੰਦੂ ਰਾਸ਼ਟਰਵਾਦੀ ਹੋਣ ਦਾ ਦੋਸ਼ ਲਗਾ ਰਿਹਾ ਹੈ। ਅਮਰੀਕੀ ਕਾਂਗਰਸ ਵਿੱਚ ਚੁਣੀ ਗਈ ਪਹਿਲੀ ਹਿੰਦੂ ਮਹਿਲਾ ਗੈਬਾਰਡ ਨੇ ਐਤਵਾਰ ਨੂੰ ਇੱਕ ਸਮਾਚਾਰ ਏਜੰਸੀ ਦੇ ਇੱਕ ਸੰਪਾਦਕ ਵਿੱਚ ਖੁਦ ਅਤੇ ਸਮਰਥਕਾਂ ਅਤੇ ਦਾਨੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਵਿਆਖਿਆ ਕੀਤੀ ਹੈ। ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ 2020 'ਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੇ ਪ੍ਰਚਾਰ ਮੁਹਿੰਮ ਸ਼ੁਰੂ ਕਰਦੇ ਹੋਏ ਐਤਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀਆਂ ਦੀ ਖੋਲ੍ਹ ਕੇ ਨਿੰਦਾ ਕੀਤੀ। ਉਹਨਾਂ ਦੋਸ਼ ਲਗਾਇਆ ਹੈ ਕਿ ਅਮਰੀਕੀ ਲੋਕਤੰਤਰ ਵਿੱਚ ਇਸ ਤਰ੍ਹਾਂ ਦਾ ਹਮਲਾ ਕਦੇ ਨਹੀਂ ਹੋਇਆ ਸੀ। ਇਸ ਮੌਕੇ ਉਹਨਾਂ ਨੇ ਆਪਣੀ ਮਾਂ ਦੀ ਵੀ ਤਾਰੀਫ ਕੀਤੀ। ਕਮਲਾ ਹੈਰਿਸ ਨੇ ਪੜ੍ਹਾਈ ਲਈ ਤਾਮਿਲਨਾਡੂ ਤੋਂ ਅਮਰੀਕਾ ਆਈ ਆਪਣੀ ਮਾਂ ਸ਼ਿਆਮਲਾ ਕੋਪਾਲਨ ਦੀ ਲੜਾਈ ਦੇ ਜਜ਼ਬੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਟਰੰਪ ਖਿਲਾਫ਼ ਚੋਣਾਂ ਲੜਨਾ ਆਸਾਨ ਨਹੀਂ ਹੋਵੇਗਾ। ਉਹਨਾਂ ਨੇ ਆਪਣੇ ਗ੍ਰਹਿ ਨਗਰ ਆਕਲੈਂਡ ਵਿੱਚ 30 ਮਿੰਟ ਦੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ 'ਚ ਕਿਹਾ ਕਿ ਮੇਰੀ ਮਾਂ ਕਹਿੰਦੀ ਸੀ ਕਿ ਹੱਥ ਦੇ ਹੱਥ ਰੱਖ ਕੇ ਬੈਠਣ ਅਤੇ ਸ਼ਿਕਾਇਤ ਕਰਨਾ ਕੰਮ ਨਹੀਂ ਚੱਲੇਗਾ, ਕੁਝ ਕਰੋ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਟਾਨੀਓ ਗੁਤੇਰਸ ਨੇ ਫਿਲੀਪੀਨਸ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਫਿਲੀਪੀਨਸ ਸਰਕਾਰ ਅਤੇ ਉੱਥੇ ਦੀ ਜਨਤਾ ਲਈ ਸੰਯੁਕਤ ਰਾਸ਼ਟਰ ਵੱਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਗੁਤੋਰਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਐਤਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਜਨਰਲ ਸਕੱਤਰ ਨੇ 27 ਜਨਵਰੀ ਫਿਲੀਪੀਨਸ ਦੇ ਸੁਲੋ ਸੂਬੇ ਦੇ ਜੋਲੋ ਸਥਿਤ ਚਰਚ 'ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਅਮਰੀਕਾ ਵਿੱਚ ਰਹਿਣ ਵਾਲੇ ਇੱਕ ਟਰੱਕ ਡਰਾਈਵਰ ਨੇ ਜੈਕਪਾਟ ਵਿੱਚ 2,000 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਜਿੱਤੀ ਹੈ। ਬ੍ਰਿਟੇਨ ਦੇ ਟੈਲੀਗ੍ਰਾਫ ਅਖਬਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਅਤੇ ਫਸਟ ਲੇਡੀ ਮਿਲੇਨੀਆ ਟਰੰਪ ਬਾਰੇ ਝੂਠਾ ਆਰਟੀਕਲ ਛਾਪਣ ਉੱਤੇ ਮਾਫ਼ੀ ਮੰਗੀ ਹੈ। ਇਸ ਆਰਟੀਕਲ ਵਿੱਚ ਮਿਲੇਨੀਆ ਨੂੰ ਲੈ ਕੇ ਕਈ ਝੂਠੇ ਦਾਅਵੇ ਕੀਤੇ ਗਏ ਹਨ। ਅਖਬਾਰ ਨੇ ਸਿਰਫ ਮਿਲੇਨੀਆ ਸਗੋਂ ਉਸਦੇ ਪਰਿਵਾਰ ਬਾਰੇ ਵੀ ਆਰਟੀਕਲ ਵਿੱਚ ਗਲਤ ਲਿਖਿਆ ਹੈ। ਅਖਬਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਾਫ਼ ਤੌਰ 'ਤੇ ਇਸ ਲਈ ਟਰੰਪ ਅਤੇ ਉਸਦੇ ਪਰਿਵਾਰ ਤੋਂ ਮਾਫ਼ੀ ਮੰਗਦਾ ਹੈ। ਵਾਸ਼ਿੰਗਟਨ ਵਿੱਚ ਭਾਰਤੀ ਸਫਾਰਤਖਾਨੇ ਅੱਗੇ ਸਿੱਖ ਵੱਖਵਾਦੀਆਂ ਨੇ ਇੱਕ ਛੋਟੇ ਸਮੂਹ ਦੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹਨਾਂ ਨੇ ਗਣਤੰਤਰ ਦਿਵਸ 'ਤੇ ਤਿਰੰਗਾ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਸਥਾਨਕ ਸਿੱਖ ਭਾਈਚਾਰੇ ਨੇ ਇਸ ਕਦਮ ਦੀ ਨਿਖੇਧੀ ਕੀਤੀ ਅਤੇ ਭਾਰਤ ਸਰਕਾਰ ਦੇ ਸੂਤਰਾਂ ਨੇ ਇਸ ਨੂੰ ਇੱਕ ਫਲੌਪ ਸ਼ੋਅ ਕਰਾਰ ਦਿੱਤਾ। ਟਵਿੱਟਰ ਨੇ ਭਾਰਤ ਵਿਰੋਧੀ ਮੁਹਿੰਮ ਚਲਾਉਣ ਵਾਲੇ ਇੱਕ ਵੱਖਵਾਦੀ ਸਮੂਹ ਸਿੱਖ ਫੋਰ ਜਸਟਿਸ ਦੇ ਅਕਾਊਂਟ ਨੂੰ ਸੀਲ ਕਰ ਦਿੱਤਾ ਗਿਆ। ਟਵਿੱਟਰ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਨੇ ਸਿੱਖ ਫੋਰ ਜਸਟਿਸ ਦਾ ਟਵਿੱਟਰ ਅਕਾਊਂਟ ਸੀਲ ਕਰ ਦਿੱਤਾ ਹੈ। ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਅਗਲੇ 4 ਸਾਲਾਂ ਵਾਸਤੇ ਕੈਨੇਡੀਅਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਹੋਰ ਨਹੀਂ ਚੱਲ ਸਕਣਗੇ। ਕੰਜ਼ਰਵੇਟ ਆਗੂਆਂ ਨੇ ਸਾਲ ਦੇ ਅੰਤ ਵਿੱਚ ਹੋਣ ਵਾਲੀ ਚੋਣਾਂ ਤੋਂ ਪਹਿਲਾਂ ਪਾਰਲੀਮੈਂਟ ਦਾ ਆਖਰੀ ਸੀਟਿੰਗ ਲਈ ਆਪਣੀ ਟੀਮ ਨੂੰ ਤਿਆਰ ਕਰਦੇ ਗੱਲ ਆਖੀ ਹੈ। ਆਪਣੇ ਕਾਕਸ ਦੇ ਨਾਮਜ਼ਦ ਕੀਤੇ ਉਮੀਦਵਾਰ ਨੂੰ ਦਿੱਤੇ ਭਾਸ਼ਣ 'ਚ ਸ਼ੀਅਰ ਨੇ ਆਖਿਆ ਹੈ ਕਿ ਜੇ ਕੈਨੇਡੀਅਨ ਇੱਕ ਵਾਰੀ ਫਿਰ ਹੋਰ ਟਰੂਡੋ ਸਰਕਾਰ ਨੂੰ ਮੌਕਾ ਦਿੰਦੇ ਹਨ ਤਾਂ ਉਹ ਟੈਕਸ ਹੀ ਉਨਾ ਸਾਖ ਘੁੱਟੀ ਰੱਖਣਗੇ। ਆਸਟ੍ਰੇਲੀਆ ਨੇ ਵੈਨਜੁਏਲਾ ਵਿੱਚ ਵਿਰੋਧੀ ਧਿਰ ਦੇ ਕੰਟਰੋਲ ਵਾਲੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਜਵਾਨ ਗੁਆਇਡੋ ਨੂੰ ਦੇਸ਼ ਦੇ ਅੰਤਰਿਮ ਰਾਸ਼ਟਰਪਤੀ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ। ਆਸਟ੍ਰੇਲੀਆ ਵਿਦੇਸ਼ ਮੰਤਰੀ ਮਾਰੀਸਾ ਪੈਨ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਆਸਟ੍ਰੇਲੀਆ ਨੇ ਵੈਨਜੁਏਲਾ ਵਿੱਚ ਚੋਣਾਂ ਹੋਣ ਤੱਕ ਗੁਆਇਡੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦਿੱਤੀ ਹੈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਗੁਆਇਡੋ ਨੂੰ ਇੱਥੋਂ ਦੇ ਸੰਵਿਧਾਨ ਮੁਤਾਬਕ ਅਗਲੀ ਚੋਣਾਂ ਹੋਣ ਤੱਕ ਅੰਤਰਿਮ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦਿੰਦਾ ਹੈ। ਨਾਲ ਹੀ ਜਿੰਨੀ ਜਲਦੀ ਹੋ ਸਕੇ ਵੈਨਜੁਏਲਾ 'ਚ ਲੋਕਤੰਤਰ ਬਹਾਲੀ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ ਭਰ ਵਿੱਚ ਆਸਟ੍ਰੇਲੀਆ ਡੇ ਕੌਮੀ ਦਿਹਾੜੇ ਵਜੋਂ ਮਨਾਇਆ ਗਿਆ। ਇਸ ਦੌਰਾਨ ਤਕਰੀਬਨ 146 ਦੇਸ਼ਾਂ ਦੇ ਕਰੀਬ 16,212 ਲੋਕਾਂ ਨੂੰ ਆਸਟ੍ਰੇਲੀਆਈ ਨਾਗਰਿਕਤਾ ਪ੍ਰਦਾਨ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੀ ਸ਼ਾਮਲ ਹਨ। ਗੁਰਦੁਆਰਾ ਸਾਹਿਬ ਵਿਖੇ 2 ਸਾਲ ਤੋਂ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਚੁੱਕੇ ਬਲਜਿੰਦਰ ਸਿੰਘ ਨੂੰ ਭਾਰਤ ਜਾਣ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਵੱਲੋਂ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੰਗਤ ਵੱਲੋਂ ਪਿਆਰ ਭਰੀ ਵਿਦਾਇਗੀ ਦਿੱਤੀ ਗਈ। ਆਸਟ੍ਰੇਲੀਆ ਵਿੱਚ ਬੀਤੇ ਦਿਨ ਬੜੀ ਧੂਮਧਾਮ ਨਾਲ ਆਸਟ੍ਰੇਲੀਆ ਡੇ ਮਨਾਇਆ ਗਿਆ। ਇਸ ਦੌਰਾਨ 2 ਵੱਖ-ਵੱਖ ਹਾਦਸਿਆਂ 'ਚ 2 ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ 1 ਔਰਤ ਅਤੇ 1 ਬੱਚੀ ਦੀ ਮੌਤ ਹੋ ਗਈ ਹੈ।
ब्रिटेन की महाराणी एलिजाबेथ दूजी के पति प्रिंस फिलिप ने एक बार कार हादसे में जख्मी हुई औरत को माफ़ी मंगी है। असल में 97 साल फिलिप की कार ने एक औरत को टक्कर मार दी थी, जिस नाल औरत का गुट टुट गया सी। ब्राज़ील के राष्ट्रपति जायर बोलसोनारो सर्जरी लिए एतवार हस्पताल भर्ती हुए। सर्जरी एक कोलोसोस्टोमी थैली हटाने की की, जबकि जो चोण प्रचार दौरान एक व्यक्ति वालों चाकू मार हमला किए जाने के बाद इलाज तौर पर शरीर में लगाई गई थी। ब्रसेल्स के लगभग 70,000 लोगों ने ठंड के मीह के बावजूद एतवार को रैली कढ़ी। इस रैली में उन्होंने बेल्जियम सरकार से यूरोपीयन यूनियन जलवायु तब्दीली के माड़े प्रभाव से निजिठने की कोशिश होर तेज़ करने की मांग की है। ब्राज़ील की एक खान में शुक्रवार को पुल ढह जाने कारण हुण तक 58 लोगों की मौत हो गई है, 300 लोग लापता ने। पाकिस्तान ने एतवार को अफगानिस्तान के मज़ार ए शरीफ स्थित अपने वणज दूतघर में एक औरत वालों हथ गोला लैके दाखिल होने की कोशिश करने के बाद सुरक्षा कारण करके दूतघर को बंद कर दिया गया है। पाकिस्तान के विदेश मंत्रालय ने यह जानकारी दी। सिंध नदी के पानी से पाकिस्तानी कमिश्नर सैयद मुहम्मद मिहर अली शाह की अगुवाई में 3 मैंबरी एक वफद एतवार को भारत पहुँच गया है। वफद जम्मू कश्मीर के पाकल दुलबन के हेठले कल नाइल पन बिजली प्रोजेक्ट का निरीक्षण करेगा। सुप्रीम कोर्ट में अयोध्या मामले की सुनवाई लगातार हो रहे देरी के उत्ते केंद्रीय कानून मंत्री रविशंकर प्रसाद ने पूछा है कि आखिर इन्नी देरी क्यों हो रही है। उन्होंने कहा कि देश की जनता इस मामले से जल्दी जल्दी फैसला चाहती है। उन्होंने कहा कि मंदिर मामला अदालत 70 साल तो लटकया है। रविशंकर प्रसाद ने कहा कि देश की जनता अयोध्या में राम मंदिर का निर्माण चाहती है। बतौर देश के नागरिक मैं कहना चाहूँगा कि इस मामले का जल्द तो जल्द हल होना चाहिए है। दिल्ली की एक अदालत ने इंडियन रेलवे कैटरिंग एंड टूरिज्म कारपोरेशन कपड़े नाल जुड़े मनी लॉन्ड्रिंग के मामले में रजत मुखी के बिहार के सबका मुख्यमंत्री लालू प्रसाद यादव उनकी पत्नी राबड़ी देवी और पुत्र तेजस्वी यादव समेत होरनों सोमवार को जमानत दी। जज अरुण भारद्वाज ने 1-1 लाख रुपए के निजी मुचकले के दोषियों को यह जमानत दी। अदालत ने 19 जनवरी उन्हें तिना की मिली अंतरिम जमानत का समा वधा दिता। कर्नाटक के मुख्यमंत्री और JDS नेता HD कुमार स्वामी ने सिद्धरमैया कैंप वालों हो रहे हमलों तो दुखी होकर अहुदा छड्डण की धमकी दी है। उन्होंने कहा कि कांग्रेस विधायक अपनी हद पार कर रहे हैं, कांग्रेस नेता उन्होंने रोक लगा। जिक्रयोग है कुमार स्वामी का बयान अजे समय से आया है जदों सिद्धरमैया के समर्थक विधायकों ने उन्होंने अपना मुख्यमंत्री दसिया। केंद्र सरकार ने 25 साल तो आवारा गावों की देखभाल कर रही एक जर्मन नागरिक को पद्म श्री नाल सम्मानित करने का फैसला किया है। राजस्थान में अलवर की रामगढ़ विधानसभा सीट लिए वोटां सख्त सुरक्षा दरमियान पै रही हैं। वोटां सवेरे 8 बजे शुरू हुई हैं। सूत्रों तो मिली जानकारी मुताबिक सवेरे वोटिंग केंद्रों तो वोटिंग शांतिपूर्ण शुरू हुई। उत्तराखंड के कुमाऊ इलाके में एक सड़क हादसे में 8 लोगों की मौत हो गई है। चंपावत इलाके को एक वैन तकरीबन 18 लोग सवार होकर एक समागम में हिस्सा लेने जा रहे सन कि सड़क हादसे दौरान वैन तकरीबन 100 फुट डूंगे खड्ड में जा डिगी। प्रधानमंत्री नरेंद्र मोदी को देश विदेश में मिले यादगारी तोहफे की नीलामी की प्रक्रिया एतवार को शुरू हो गई। राष्ट्रीय आधुनिक कला म्यूजियम वालों दिल्ली में आयोजित नीलामी राही जुटाई जाने वाली रकम की वरतों सरकार की अहम नवामी योजना में की जाएगी। पहाड़ी खेतों में भारी बर्फबारी कारण उत्तर भारत शीत लहर और संघनी धुंध की लपेट में है। धुंध कारण सोमवार सवेरे दिल्ली समेत उत्तर भारत के कई स्टेशन ट्रेनों की देरी चल रही हैं। संघनी धुंध कारण घट नज़र आने कारण दिल्ली दी 16 ट्रेनों लेट हैं, जिस कारण यात्रियों को कई परेशानियों का सामना करना पै रहा है। श्री गुरु नानक देव जी 550वें प्रकाश पुरब मौके गुरदासपुर के कस्बा डेरा बाबा नानक में विकास कार्य ने शुरू करने तो पहला विशेष मीटिंग का आयोजन किया गया। इस मीटिंग में सूबे के कैबिनेट मंत्री तृप्त रजिंद्र सिंह बाजवा और सुखजिंदर सिंह रंधावा ने चेचे तौर पर शिरकत की। इस मौके कैबिनेट मंत्री तृप्त रजिंद्र सिंह बाजवा ने कहा कि इतने विकास कार्य जल्द ही शुरू किए जाएंगे, इतने आने वाले श्रद्धालुओं को विशेष सहूलतें दी जाएंगी।
ਉਧਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਲਦ ਹੀ ਡੇਰਾ ਬਾਬਾ ਨਾਨਕ ਦੀ ਨੁਹਾਰ ਬਦਲ ਜਾਵੇਗੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਿਆ। ਬਹਿਬਲ ਕਲਾ ਗੋਲੀਕਾਂਡ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ SSP ਚਰਨਜੀਤ ਸ਼ਰਮਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਚੇਤਨਾ ਸ਼ਰਮਾ ਅੱਗੇ ਪੇਸ਼ ਕੀਤਾ ਗਿਆ। ਇਹ ਪੇਸ਼ੀ ਚੇਤਨਾ ਸ਼ਰਮਾ ਦੀ ਰਿਹਾਇਸ਼ 'ਤੇ ਕੀਤੀ ਗਈ। ਡਿਊਟੀ ਮੈਜਿਸਟਰੇਟ ਨੇ ਚਰਨਜੀਤ ਸ਼ਰਮਾ ਨੂੰ 8 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਬਹਿਬਲ ਕਲਾ ਗੋਲੀਕਾਂਡ ਦੇ ਮਾਮਲੇ 'ਚ SIT ਦੇ ਮੈਂਬਰ IG ਕੁੰਵਰ ਵਿਜੇ ਪ੍ਰਤਾਪ ਨੇ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਉਹਨਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਚਰਨਜੀਤ ਸ਼ਰਮਾ ਵਿਦੇਸ਼ ਭੱਜਣ ਦੀ ਫਿਰਾਕ 'ਚ ਹਨ, ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਅਮੈਰੀਕਾ, ਕੈਨੇਡਾ ਅਤੇ ਇੰਗਲੈਂਡ ਦੇ ਵੀਜ਼ੇ ਸਨ। ਅਤੇ ਇਸ ਜਾਣਕਾਰੀ ਨੂੰ ਖੁਫਤਾ ਕਰਨ ਤੋਂ ਬਾਅਦ SIT ਨੇ ਚਰਨਜੀਤ ਸ਼ਰਮਾ ਨੂੰ ਘਰ ਛਾਪੇਮਾਰੀ ਕੀਤੀ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 5 ਰਾਜਾਂ 'ਚ ਵੱਖ ਵੱਖ ਸਮੇਂ ਰਾਜਪਾਲ ਰਹੇ ਮਹਿਰੂਮ ਸੁਰਜੀਤ ਸਿੰਘ ਬਰਨਾਲਾ ਦੂਸਰੀ ਬਰਸੀ ਮਨਾਏਗੀ। ਇਸ ਬਰਸੀ ਸਮਾਗਮ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜੰਗੀਰ ਕੌਰ, ਜਸੇਦਾਰ ਤੋਤਾ ਸਿੰਘ ਅਤੇ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਰਜੀਤ ਬਰਨਾਲਾ ਦੇਸ਼ ਦੀ ਸਭ ਤੋਂ ਵੱਡੀ ਸ਼ਖਸੀਅਤ ਸਨ ਅਤੇ ਵੱਖ ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਉਹਨਾਂ ਨੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਇਸ ਦੌਰਾਨ ਬਾਦਲ ਨੇ SIT ਵੱਲੋਂ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ SIT ਦਾ ਗਠਨ ਉਹਨਾਂ ਦੀ ਸਰਕਾਰ ਸਮੇਂ ਕੀਤਾ ਗਿਆ ਸੀ। ਇਸ ਮੌਕੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾ ਗੋਲੀਕਾਂਡ ਦੇ ਸਾਰੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੁਖਬੀਰ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 29 ਜਨਵਰੀ ਜੀਰਾ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵਰਕਰ ਮੀਟਿੰਗ ਤੋਂ ਪਹਿਲਾਂ ਮੇਰੇ ਨਾਲ ਆਪਣਾ ਡੋਪ ਟੈਸਟ ਕਰਵਾਏ। ਜੇਕਰ ਉਸਨੇ ਆਪਣਾ ਡੋਪ ਟੈਸਟ ਨਾ ਕਰਵਾਇਆ ਤਾਂ ਕਾਂਗਰਸੀ ਵਰਕਰ ਸ਼ਾਂਤੀਪੂਰਵਕ ਤਰੀਕੇ ਨਾਲ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣਗੇ। ਇਸ ਗੱਲ ਦਾ ਪ੍ਰਗਟਾਵਾ ਜੀਰਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸੁਖਬੀਰ ਮੈਨੂੰ ਨਸ਼ੇੜੀ ਅਤੇ ਸਮਗਲਰ ਕਹਿਣ ਤੋਂ ਪਹਿਲਾਂ ਆਪਣੀ ਪੀੜ ਥੱਲੇ ਸੋਟਾ ਫੇਰਨ। ਇਸ ਮੌਕੇ ਜੀਰਾ ਨੇ ਸੁਖਬੀਰ ਬਾਦਲ ਨਸ਼ੇ ਨੂੰ ਲੈ ਕੇ 5 ਗੰਭੀਰ ਦੋਸ਼ ਵੀ ਲਾਏ। ਉਹਨਾਂ ਨੇ ਕਿਹਾ ਕਿ ਸੁਖਬੀਰ ਬੁਖਲਾ ਗਏ ਹਨ ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਬੋਲ ਰਹੇ ਨੇ। ਗੁਰਦਾਸਪੁਰ ਦੇ ਧਾਰੀਵਾਲ 'ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜੀਤ ਸਿੰਘ ਬਾਨਪੁਰਾ ਨੇ ਕਿਹਾ ਕਿ ਸਾਬਕਾ SSP ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰੀ 'ਤੇ ਬੋਲਦੇ ਕਿਹਾ ਕਿ ਸਰਕਾਰ ਨੇ ਕਾਰਵਾਈ ਕਰਨ 'ਚ ਦੇਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਸ਼ਿਆਂ ਪ੍ਰਤੀ ਕੀਤੀ ਗਈ ਬਿਆਨਬਾਜ਼ੀ ਤੰਜ ਕਰਦੇ ਕਿਹਾ ਕਿ ਨਸ਼ਿਆਂ ਦੇ ਮਗਰਮੱਛ ਹਾਲੇ ਵੀ ਘੁੰਮ ਰਹੇ ਨੇ। ਇਸ ਦੇ ਨਾਲ ਰਣਜੀਤ ਸਿੰਘ ਬਾਨਪੁਰਾ ਨੇ ਕਿਹਾ ਹੈ ਕਿ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿੱਚ ਸ਼ਮੂਲੀਅਤ ਕਰਨ ਵਾਲ ਕਾਂਗਰਸ ਕੁਝ ਮਜ਼ਬੂਤ ਹੋਈ ਹੈ, ਪਰ ਦੇਸ਼ ਭਰ ਵਿੱਚ ਕਾਂਗਰਸ ਹਾਲੇ ਇੰਨੀ ਮਜ਼ਬੂਤ ਨਹੀਂ ਹੈ। ਜਲੰਧਰ ਦੇ ਇੱਕ ਹੋਟਲ ਵਿੱਚ ਉਸ ਸਮੇਂ ਹੰਗਾਮਾ ਪੈਦਾ ਹੋ ਗਿਆ ਜਦੋਂ ਵਿਆਹ ਸਮਾਗਮ 'ਚ ਪਹੁੰਚੀ ਇੱਕ ਲੜਕੀ ਨੇ ਖੁਦ ਨੂੰ ਲਾੜੇ ਦੀ ਪਤਨੀ ਦੱਸ ਕੇ ਦੂਜਾ ਵਿਆਹ ਕਰਨ ਦਾ ਦੋਸ਼ ਲਗਾ ਦਿੱਤਾ। ਲੜਕੀ ਨੇ ਆਪਣੇ ਵਿਆਹ ਦੀ ਕੁਝ ਫੋਟੋਆਂ ਅਤੇ ਹੋਰ ਸਬੂਤ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਵਿਆਹ ਸਮਾਗਮ ਦੇ ਰੰਗ ਵਿੱਚ ਭੰਗ ਪਾਉਣ ਵਾਲੀ ਲੜਕੀ ਤੋਂ ਗੁੱਸੇ 'ਚ ਆਏ ਲਾੜੇ ਨੇ ਝਗੜੇ ਦੌਰਾਨ ਮਿਆਨ 'ਚ ਤਲਵਾਰ ਕੱਢ ਕੇ ਲਹਿਰਾ ਦਿੱਤੀ। ਤਲਵਾਰ ਕੱਢਦਾ ਹੀ ਹੋਟਲ ਵਿੱਚ ਹਫੜਾ ਦਫੜੀ ਮੱਚ ਗਈ। ਉਕਤ ਲੜਕੀ ਆਪਣੇ ਨਾਲ ਅਦਾਲਤ ਦਸਤਾਵੇਜ਼ ਲੈ ਕੇ ਪਹੁੰਚੀ ਸੀ, ਜਿਸ ਨੂੰ ਉਸਨੇ ਪੁਲਿਸ ਨੂੰ ਦਿਖਾਇਆ, ਜਿਸ ਨਾਲ ਮੁਤਾਬਕ ਗੁਰਵਿੰਦਰ ਸਿੰਘ ਉਸਦਾ ਪਤੀ ਹੈ, ਜਦਕਿ ਗੁਰਵਿੰਦਰ ਸਿੰਘ ਨੇ ਉਕਤ ਦਸਤਾਵੇਜ਼ਾਂ ਨੂੰ ਜਾਲੀ ਦੱਸਿਆ। ਲੁਧਿਆਣਾ ਸ਼ਹਿਰ ਵਿੱਚ ਗੁਜ਼ਰਦੇ ਹੋਏ ਬੁੱਢੇ ਨਾਲੇ ਵਿੱਚ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਅਤੇ ਲੋਕਾਂ ਨੂੰ ਇਸ ਦੁਰਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਤਾਜਪੁਰ ਰੋਡ 'ਤੇ ਵਿਸ਼ੇਸ਼ ਮੇਲੇ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਵੱਖ ਵੱਖ ਸਮੁਦਾਇ ਦੇ ਲੋਕਾਂ, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੇ ਹਿੱਸਾ ਲਿਆ। ਭਾਰਤ ਨੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਤੀਜਾ ਵਨਡੇ ਮਾਊਂਟ ਮੌਨਗਾਈਨ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ, ਜਿਸ ਵਿੱਚ ਨਿਊਜ਼ੀਲੈਂਡ ਦੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਆਪਣੀ 10 ਵਿਕਟਾਂ ਗਵਾ ਕੇ ਭਾਰਤ ਨੂੰ 244 ਦੌੜਾਂ ਦਾ ਟੀਚਾ ਦਿੱਤਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਓਵਲ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ। ਇਸ ਮੈਚ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਹਾਲਾਂਕਿ ਇਸ ਮੈਚ ਵਿੱਚ ਕਪਤਾਨ ਕੋਹਲੀ ਨੇ 2 ਬਦਲਾਅ ਆਪਣੀ ਟੀਮ ਵਿੱਚ ਕੀਤੇ। MS ਧੋਨੀ ਨੂੰ ਸੱਟ ਕਾਰਨ ਆਰਾਮ ਦਿੱਤਾ ਗਿਆ ਅਤੇ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ICC ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਸਥਾਨ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਉਹ ਟੈਸਟ ਮੈਚ ਦੇ ਬੱਲੇਬਾਜ਼ੀ ਦੀ ਚੋਟੀ 'ਤੇ ਸਥਾਨ ਹੈ। ਵੈਸਟਇੰਡੀਜ਼ ਦੇ ਕਪਤਾਨ ਜੇਮਸ ਹੋਲਡਰ ਨੇ ਸਰ ਗੈਰੀ ਸੋਬਰਸ ਦੀ ਬਰਾਬਰੀ ਕਰਦੇ ਇਸ ਰੈਂਕਿੰਗ 'ਚ ਨੰਬਰ 1 ਆਲਰਾਊਂਡਰ ਦਰਜਾ ਹਾਸਲ ਕੀਤਾ ਹੈ। ਭਾਰਤ ਦੇ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਸ਼ੈਡਲਨ ਜੈਕਸਨ ਦੀਆਂ ਬਿਹਤਰੀਨ ਪਾਰੀਆਂ ਅਤੇ ਉਹਨਾਂ ਦੇ ਵਿਚਾਲੇ ਚੌਥੀ ਵਿਕਟ ਲਈ 201 ਦੌੜਾਂ ਦੀ ਜੇਤੂ ਸਾਂਝੇਦਾਰੀ ਬਦੌਲਤ ਸ਼ੋਰਾ ਸ਼ਟਰ ਚੌਥੇ ਦਿਨ ਐਤਵਾਰ ਨੂੰ ਕਰਨਾਟਕ ਵਿਰੁੱਧ ਰਣਜੀ ਸੈਮੀਫਾਈਨਲ ਵਿੱਚ ਜਿੱਤ ਦੇ ਫਾਈਨਲ ਦੇ ਵਿੱਚ ਪਹੁੰਚਣ ਤੋਂ ਸਿਰਫ 55 ਦੌੜਾਂ ਦੂਰ ਹੈ।
ਭਾਰਤੀ ਟੀਮ ਆਸਟ੍ਰੇਲੀਆ ਵਿੱਚ ਆਪਣੀ ਇਤਿਹਾਸਿਕ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਵਨਡੇ ਵਿੱਚ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖੇਗੀ ਅਤੇ ਉਸਦਾ ਟੀਚਾ 5 ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਜੇਤੂ ਬੜਤ ਬਣਾਉਣ ਦਾ ਹੋਵੇਗਾ। ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ 5 ਵਨਡੇ ਮੈਚ ਵਾਲੀ ਸੀਰੀਜ਼ ਦਾ ਅੱਜ ਚੌਥਾ ਮੈਚ ਜੋਹਾਨ ਸਰਬਰਗਰ ਵਿੱਚ ਖੇਡਿਆ ਜਾਵੇਗਾ। ਪਾਕਿਸਤਾਨ ਦੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਇਸ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਲੈਫਟ ਆਰਮ ਸਪਿਨਰ ਆਲਰਾਊਂਡਰ ਕੁਨਾਲ ਪਾਂਡਿਆ ਨੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤੀ ਨੇ ਇੰਗਲੈਂਡ ਵਿੱਚ ਗੈਰ ਅਧਿਕਾਰਿਤ ਵਨਡੇ ਵਿੱਚ ਐਤਵਾਰ ਨੂੰ 60 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 3-0 ਦੀ ਅਜੇਤੂ ਬੜਤ ਬਣਾ ਲਈ। ਨਿਊਜ਼ੀਲੈਂਡ ਦੀ ਈਸਟਰ ਪੁਲਿਸ ਨੇ ਮੇਜ਼ਬਾਨ ਟੀਮ ਖਿਲਾਫ ਮੌਜੂਦਾ ਵਨਡੇ ਕੌਮਾਂਤਰੀ ਕ੍ਰਿਕਟ ਸੀਰੀਜ਼ ਵਿੱਚ ਭਾਰਤੀ ਟੀਮ ਦੇ ਦਬਦਬੇ ਨੂੰ ਬੇਜੋੜ ਅਤੇ ਦਿਲਚਸਪ ਤਰੀਕੇ ਨਾਲ ਦਿਖਾਉਂਦੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਕਤਰ ਅਤੇ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ AFC ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਰਤਨਬਾਲਾ ਦੇਵੀ ਦੀ ਦੂਜੇ ਹਾਫ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਇੰਡੋਨੇਸ਼ੀਆ ਨੂੰ ਉਸਦੇ ਮੈਦਾਨ ਵਿੱਚ ਪਹਿਲੇ 2 ਸਥਾਨਾਂ ਮੁਕਾਬਲੇ 'ਚ ਐਤਵਾਰ ਨੂੰ 3-0 ਨਾਲ ਹਰਾ ਦਿੱਤਾ। ਐਂਟੋਨੀ ਗ੍ਰਿਜ਼ਮੈਨ ਦੀ ਗੋਲ ਦੀ ਬਦੌਲਤ ਐਟਲੈਟਿਕੋ ਮੈਡ੍ਰਿਡ ਨੇ ਲੈ ਵਿੱਚ ਚੱਲ ਰਹੇ ਗੈਟਾਫੇ ਨੂੰ 2-0 ਨਾਲ ਹਰਾ ਕੇ ਲਾ ਲੀਗਾ ਵਿੱਚ ਚੋਟੀ 'ਤੇ ਚੱਲ ਰਹੇ ਬਾਰਸੀਲੋਨਾ 'ਤੇ ਦਬਾਅ ਬਣਾ ਰੱਖਿਆ ਅਤੇ ਗ੍ਰਿਜ਼ਮੈਨ ਦੇ 8 ਮੈਚਾਂ ਵਿੱਚ 8 ਗੋਲ ਹੋ ਗਏ ਹਨ। ਭਾਰਤੀ ਮਹਿਲਾ ਹਾਕੀ ਨੇ ਪਹਿਲਾ ਮੁਕਾਬਲਾ ਘੱਟ ਫਰਕ ਨਾਲ ਹਾਰਨ ਤੋਂ ਬਾਅਦ ਦੂਜੇ ਕੌਮਾਂਤਰੀ ਹਾਕੀ ਮੈਚ ਵਿੱਚ ਸਪੇਨ ਖਿਲਾਫ 1-1 ਨਾਲ ਡਰਾਅ ਖੇਡਿਆ। ਪਹਿਲੇ ਮੈਚ ਵਿੱਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ। ਇੱਕ ਵਾਰ ਫਿਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਲਈ ਮੇਜਰ ਧਿਆਨ ਚੰਦ ਦੀ ਅਣਦੇਖੀ ਹੋਣ ਤੋਂ ਦੁਖੀ ਹਾਕੀ ਤਾਕੜਾ ਨੇ ਕਿਹਾ ਕਿ ਭਾਰਤ ਨੂੰ ਖੇਡ ਮੈਪ ਉੱਤੇ ਪਹਿਚਾਣ ਦਿਵਾਉਣ ਲਈ ਖੇਡ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਔਖੇ ਪਰੋਖੇ ਕਰਨਾ ਮੰਦਭਾਗ ਆਏ। ਪਿਛਲੀ UPA ਸਰਕਾਰ ਨੇ 2014 ਵਿੱਚ ਭਾਰਤ ਰਤਨ ਲਈ ਖੇਡ ਖੇਤਰ ਨੂੰ ਵਿਧੀਮ ਵੱਖ ਵੱਖ ਸ਼੍ਰੇਣੀ ਵਿੱਚ ਸ਼ਾਮਲ ਕੀਤਾ। ਹੁਣ ਜਲਦ ਹੀ ਕਾਰਾਂ 'ਤੇ ਪਹਿਲੇ ਦੀ ਤਰ੍ਹਾਂ ਕਾਫੀ ਡਿਸਕਾਊਂਟ ਨਹੀਂ ਮਿਲੇਗਾ। ਮਰੂਤੀ ਸੁਜ਼ੂਕੀ ਨੇ ਕਾਰਾਂ 'ਤੇ ਛੋਟ ਦੇਣ ਦੀ ਰਣਨੀਤੀ ਸਮੀਖਿਆ ਕਰਨ ਦੀ ਯੋਜਨਾ ਬਣਾਈ ਹੈ। ਮਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਦਾ ਆਖਰੀ ਬਜਟ ਵਿਰੋਧੀ ਦਲਾਂ ਨੂੰ ਚਿੰਤਾ ਵਿੱਚ ਪਾ ਸਕਦਾ ਹੈ। ਅੰਤਰੀ ਬਜਟ ਹੋਵੇਗਾ ਪਰ ਇਸਦਾ ਦਾਇਰਾ ਹੋ ਸਕਦਾ ਹੈ ਕਿ ਮਿੰਨੀ ਬਜਟ ਦੀ ਤਰ੍ਹਾਂ ਸੀਮਿਤ ਨਾ ਹੋਵੇ। ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਸਾਬਕਾ ਵਿੱਤੀ ਮੰਤਰੀਆਂ ਪ੍ਰਣਬ ਮੁਖਰਜੀ ਅਤੇ ਪ੍ਰੀ ਚਿਦੰਬਰਮ ਦੀ ਬਣਾਈ ਹੋਈ ਲੀਕ ਦਾ ਸਹਾਰਾ ਲੈ ਸਕਦੇ ਹਨ, ਜਿਨ੍ਹਾਂ ਨੇ ਰਾਹਤ ਪੈਕੇਜ ਤਹਿਤ ਟੈਕਸ ਦਾ ਬਦਲਾਅ ਵੀ ਕੀਤੇ ਸਨ। ਡਾਲਰ ਦੇ ਮੁਕਾਬਲੇ ਰੁਪਏ ਦੀ ਅੱਜ ਸ਼ੁਰੂਆਤ ਚੰਗੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਅੱਜ 18 ਪੈਸੇ ਦੇ ਵਾਧੇ ਨਾਲ 71 ਦੇ ਪੱਧਰ ਉੱਤੇ ਖੁੱਲ੍ਹਿਆ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ਮਣੀਕਰਨਿਕਾ ਦੇ ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਪਰ ਹੁਣ ਫਿਲਮ ਦੀ ਕਮਾਈ 'ਤੇ ਮਾੜਾ ਅਸਰ ਪੈ ਸਕਦਾ ਕਿਉਂਕਿ ਇਹ ਫਿਲਮ ਇੰਟਰਨੈਟ 'ਤੇ ਲੀਕ ਹੋ ਗਈ ਹੈ। ਫਿਲਹਾਲ ਟੀਮ ਫਿਲਮ ਦੀ 2 ਦਿਨ ਦੀ ਕਮਾਈ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਅਕਸ਼ੇ ਕੁਮਾਰ ਨੇ ਆਪਣੇ ਫੈਨਸ ਲਈ ਗਣਤੰਤਰ ਦਿਵਸ ਨੂੰ ਖਾਸ ਬਣਾ ਦਿੱਤਾ ਹੈ। ਉਹਨਾਂ ਨੇ ਆਪਣੇ ਇੱਕ ਆਉਣ ਵਾਲੀ ਫਿਲਮ ਕੇਸਰੀ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਖੁਦ ਵਿੱਚ ਰੋਚਕ ਵਿਖਾਈ ਦੇ ਰਿਹਾ ਹੈ।